ਸਤਿਗੁਰ ਕਹਿੰਦੇ ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖਾਰੀ। ਆ ਦੇਖ ਜਿਹੜੇ ਗੁਰੂ ਕੇ ਜਹਾਜੇ ਚੜ ਗਏ, ਕਦੇ ਦੇਖਿਆ ਜੇਬ ਚ ਪੈਸਾ ਵੀ ਨਾ ਹੋਵੇ ਜੇ ਦਸਤਾਰ ਸਜਾਈ ਹੋਵੇ ਨਾ। ਕਹਿੰਦੇ ਸਰਦਾਰ ਸਾਹਿਬ ਕਿੱਥੇ ਚੱਲੇ ਹੋ, ਪੈਸਾ ਭਾਵੇਂ ਇੱਕ ਵੀ ਨਾ ਹੋਵੇ, ਸੰਸਾਰ ਤੁਹਾਨੂੰ ਸਰਦਾਰ ਸਾਹਿਬ ਕਹਿੰਦਾ, ਪਰ ਬੰਦੇ ਦੇ ਸੀਸ ਤੇ ਦਸਤਾਰ ਨਾ ਹੋਵੇ। ਆਮ ਸਧਾਰਨ ਬੰਦਾ ਹੋਵੇ, ਲੋਕ ਕਹਿੰਦੇ ਜੀ ਬਾਊ ਜੀ ਕੀ ਹਾਲ ਆ, ਕਮਾਲ ਹੈ ਕਲਗੀਆਂ ਵਾਲੇ ਦਾ, ਇਹ ਸਰਦਾਰੀ ਕਲਗੀਆਂ ਵਾਲੇ ਨੇ ਦਿੱਤੀ ਹੈ ਸਾਨੂੰ, ਸਤਿਗੁਰ ਨੇ ਸਰਦਾਰੀਆਂ ਬਖਸ਼ੀਆਂ ਨੇ ਖਾਲਸੇ ਨੂੰ। ਉਸ ਮਾਂ ਦੀ ਕੁੱਖ ਸਵੱਲੀ ਹੈ ਜਿਸ ਦਾ ਪੁੱਤਰ ਭਗਤ ਹੈ, ਭਗਤ ਤੇਰੇ ਮਨ ਭਾਂਬਦੇ ਦਰ ਸੋਹਣ ਕੀਰਤ ਗਾਵਦੇ। ਉੱਚੀ ਅੱਖ ਕਰਕੇ ਮਾਂ ਉਹ ਚੱਲਦੀ ਹੈ, ਜਿਸ ਮਾਂ ਨੇ ਭਗਤ ਤੇ ਸੂਰਮਾ ਪੁੱਤਰ ਪੈਦਾ ਕੀਤਾ ਉਹਨਾਂ ਦੀ ਕੁੱਖ ਸਵੱਲੀ ਹੈ। ਕਿਤੇ ਐਸਾ ਨਾ ਹੋਵੇ ਵੀ ਅਮਲੀ ਪੈਦਾ ਕਰ ਕਰਕੇ ਜਾਟਾ ਡਾਕੂ ਚੋਰ ਹੀ ਬਣਾ ਦੇ। ਆਖੋ ਸਤਨਾਮ ਵਾਹਿਗੁਰੂ। ਰੱਬ ਦੇ ਪਿਆਰਿਆਂ ਦਾ ਜੀਵਨ ਬੜਾ ਵੱਖਰਾ ਹੁੰਦਾ। ਪਾਤਸ਼ਾਹ ਕਹਿੰਦੇ ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਿਰਾਰੀ ਦੇ। ਉਹਨਾਂ ਦੀ ਕਥਾ ਵੱਖਰੀ ਹੈ। ਆ ਜਿੰਨੇ ਕੁ ਅਸੀਂ ਬੈਠੇ ਹਾਂ ਸਾਡੀ ਕਥਾ ਇੱਕੋ ਹੀ ਹੈ। ਕਿਸੇ ਦਾ ਪੁੱਤ ਨਾਰਾਜ਼ ਆ, ਕਿਸੇ ਦੀ ਧੀ ਨਾਰਾਜ਼ ਆ, ਕਿਸੇ ਦੀ ਨੂੰਹ ਨਾਰਾਜ਼ ਆ, ਕਿਸੇ ਦਾ ਜਵਾਈ ਨਾਰਾਜ਼ ਆ, ਇਹ ਸਾਡੀ ਕਥਾ ਹੈ ਸਾਰਿਆਂ ਦੀ। ਆਖੋ ਸਤਨਾਮ ਵਾਹਿਗੁਰੂ।